सत श्री अकाल दोस्तों, मैं जीत हरजीत बराड जैसी होरां दी कहानी ढिड दा जी लैके हाजिर हाँ। सरकारी कन्या स्कूल च 12वीं पास कर ली सी ते घरदिआं ने उहनूं आईलैट्स करन लगा दिता। 7 बैंड आ गए, घरदिआं नूं पता सी कि बैंड आ जाणे आ, तां ही उस कीरियां च पहलां ही कही बैठे सी कोई चंगा घर होवे तां दस्यो। वीजा आउण ते अखबार च ऐड दे दित्ती ते नाल ही लिख दित्ता कि उही संपर्क करन जो विआह ते पढ़ाई दा खर्चा कर सकन। किन्ने रिश्ते आए पर कोई पसंद नहीं आया। उसदी भूआ ने आपदे द्यौर दे मुंडे दा रिश्ता कराउण दी गल प्यो दे कन्नां च कढ़ी ते कहा, कुड़ी राज करू। मुंडा कुड़ी तो 5 साल वड्डा सी, पर फिर भी घरदिआं ने भूआ दी गल ना मोड़ी ते विआह दी गल चल पई। विआह वीजा आउण ते होवेगा, इह गल कारम लई कि जे वीजा ना आया तां विआह नहीं करांगे। उहदा वीजा आ गया ते विआह कर दित्ता गया। सब इन्ना छेती छेती हो गया कि कुड़ी नूं कुछ ना सोचण दित्ता गया। ਵਿਆਹ ਤੋਂ 15 ਦਿਨ ਬਾਅਦ ਕੁੜੀ ਕੈਨੇਡਾ ਚਲੀ ਗਈ। ਨੱਪ ਘੁੱਟ ਕੇ ਰੱਖੇ ਨੂੰ ਕੈਨੇਡਾ ਜਾ ਕੇ ਪਤਾ ਲੱਗਾ ਕਿ ਘਰ ਦੀਆਂ ਕੰਧਾਂ ਤੋਂ ਬਿਨਾਂ ਵੀ ਦੁਨੀਆ ਸੋਹਣੀ ਹੈ। ਉਹਨੂੰ ਸ਼ਾਹਰੁਖ ਖਾਨ ਦੀਆਂ ਫਿਲਮਾਂ ਵਾਲੇ ਸੀਨ ਯਾਦ ਆਏ। ਉੱਥੇ ਗੋਰੇ ਗੋਰੀਆਂ ਨੂੰ ਹੱਥਾਂ 'ਚ ਹੱਥ ਪਾਏ ਦੇਖਦੀ, ਉਸਦੇ ਮਨ 'ਚ ਵੀ ਲੂਣੀ ਉੱਠਦੀ ਕਿ ਮੈਂ ਲਵ ਮੈਰਿਜ ਕਰਾਉਣੀ ਸੀ। ਪਹਿਲਾਂ ਉਸ ਨਾਲ ਖੂਬ ਘੁੰਮਣਾ ਸੀ, ਸੁਪਨੇ ਬੁਣਨੇ ਸੀ, ਫਿਰ ਵਿਆਹ ਕਰਾਉਣਾ ਸੀ। ਉਹ ਖਿਆਲਾਂ ਦੇ ਘਰ ਬਣਾਉਂਦੀ ਰਹਿੰਦੀ। ਘਰ ਵਾਲੇ ਦਾ ਦਿਹਾੜੀ 'ਚ ਕਿੰਨੇ ਵਾਰ ਫੋਨ ਕਰਕੇ ਪੁੱਛ ਲੈਂਦਾ ਕਿ ਕੀ ਕਰ ਰਹੀ ਹੈ, ਕਿੱਥੇ ਆ, ਨਾਲ ਕੌਣ ਏ, ਕਿਹਦੇ ਨਾਲ ਘੁੰਮਣ ਗਈ ਸੀ। ਉਹ ਸਫਾਈਆਂ ਦਿੰਦੀ ਰਹਿੰਦੀ। ਮੁੰਡੇ ਦੇ ਦਿਲ 'ਚ ਸ਼ੁਰੂ ਤੋਂ ਹੀ ਡਰ ਜਿਹਾ ਸੀ ਕਿਧਰੇ ਕੁੜੀ ਉੱਧਰ ਜਾ ਕੇ ਮੁੱਕਰ ਨਾ ਜਾਵੇ। ਕਦੇ ਕੁੜੀ ਅਸਾਈਨਮੈਂਟ 'ਚ ਜੋਬ 'ਚ ਉਲਝੀ ਰਹਿੰਦੀ ਅਤੇ ਖਿਜੀ ਹੋਈ ਆਪਣੇ ਘਰ ਵਾਲੇ ਦਾ ਫੋਨ ਨਾ ਚਾਹੁੰਦੇ ਹੋਏ ਵੀ ਕੱਟ ਦਿੰਦੀ ਅਤੇ ਕਦੇ ਚੁੱਕ ਕੇ ਕਹਿ ਦਿੰਦੀ ਕਿ ਬਿਜ਼ੀ ਹਾਂ। ਫਿਰ ਜਦ ਗੱਲ ਹੁੰਦੀ, ਮੁੰਡਾ ਸਾਰਾ ਗੁੱਸਾ ਕੁੜੀ 'ਤੇ ਕੱਢ ਦਿੰਦਾ ਅਤੇ ਕਿੰਨੇ ਕਿੰਨੇ ਦਿਨ ਫਿਰ ਗੱਲ ਨਾ ਕਰਦਾ। ਇੱਕ ਦਿਨ ਕਈ ਦਿਨਾਂ ਪਿੱਛੋਂ ਮੁੰਡੇ ਨੇ ਫੋਨ ਕੀਤਾ। ਉਹ ਕੰਮ 'ਤੇ ਸੀ, ਉਸਨੇ ਚੁੱਕਿਆ। ਮੈਨੇਜਰ ਨੇ ਕਿੰਨੇ ਵਾਰ ਉਹਨੂੰ ਵਾਰਨਿੰਗ ਦੇ ਦਿੱਤੀ ਸੀ ਕਿ ਜੋਬ 'ਤੇ ਫੋਨ ਨਹੀਂ ਵਰਤ ਸਕਦੇ। ਉਸ ਦਿਨ ਗੱਲ ਕਰਦੇ ਦੇਖ ਮੈਨੇਜਰ ਨੇ ਕਿਹਾ, ਕੋਈ ਹੋਰ ਜੋਬ ਦੇਖ ਲਵੇ। ਘਰ ਵਾਲੇ ਨੂੰ ਦੱਸਿਆ ਕਿ ਇੰਜ ਹੋਇਆ ਤਾਂ ਉਹਨੇ ਬੜੇ ਹੀ ਸਹਿਜੇ ਜਿਹੇ ਕਹਿ ਦਿੱਤਾ ਕਿ ਕੋਈ ਹੋਰ ਦੇਖ ਲਵੇ। ਇਸ ਗੱਲ 'ਤੇ ਉਹਨਾਂ ਦੀ ਬਹਿਸ ਹੋਈ ਅਤੇ ਉਹ ਕੁੜੀ ਇਸ ਉਥਲ ਪੁਥਲ ਤੋਂ ਪਰੇਸ਼ਾਨ ਰਹਿੰਦੀ, ਪਰ ਕਿਸੇ ਕੋਲ ਦਿਲ ਦੀ ਗੱਲ ਨਾ ਕਰਦੀ। ਕਦੇ ਕਦੇ ਗੁਣਗੁਣਾਉਂਦੀ, ਲਾਵਾਂ ਨਾਲ ਪੜ੍ਹਾਉਣ ਵਾਲਿਆ ਵੇ, ਤੂੰ ਮਨ ਸਾਡਾ ਪੜ੍ਹਿਆ ਹੀ ਨਾ। ਇੱਕ ਦਿਨ ਸਨੈਪਚੈਟ 'ਤੇ ਉਸਨੇ ਸਟੇਟਸ 'ਚ ਪਾਸ਼ ਦੀਆਂ ਲਿਖੀਆਂ 17 ਅਪਲੋਡ ਕੀਤੀਆਂ। ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ। ਉਸਦੇ ਸਟੇਟਸ 'ਤੇ ਕਿਸੇ ਨੇ ਉਸਨੂੰ ਰਿਪਲਾਈ ਕੀਤਾ ਕਿ ਤੁਸੀਂ ਉਦਾਸ ਕਿਉਂ ਰਹਿੰਦੇ ਹੋ। ਉਹਦਾ ਦਿਲ ਕੀਤਾ ਕਿ ਉਸ ਅਣਜਾਣ ਨੂੰ ਸਭ ਕੁਛ ਦੱਸ ਦਿਆਂ, ਪਰ ਉਹਨੇ ਮੈਸੇਜ ਇਗਨੋਰ ਕੀਤੇ। ਫਿਰ ਉਸ ਵੱਲੋਂ ਰੋਜ਼ ਮੈਸੇਜ ਆਉਣ ਲੱਗਾ ਕਿ ਕੀ ਹੋਇਆ। ਉਸਨੇ ਇੱਕ ਦਿਨ ਖਿੱਚ ਕੇ ਰੁੱਖਾ ਜਿਹਾ ਰਿਪਲਾਈ ਕੀਤਾ ਕਿ ਮੈਸੇਜ ਨਾ ਕਰੋ, ਮੈਂ ਅੱਗੇ ਪਰੇਸ਼ਾਨ ਹਾਂ। ਮੁੰਡੇ ਨੇ ਪੁੱਛਿਆ ਕਿ ਉਹ ਉਹੀ ਪੁੱਛ ਰਿਹਾ ਹੈ, ਕਿਉਂ ਪਰੇਸ਼ਾਨ ਹੋ। ਜਕਦੀ ਜਕਦੀ ਨੇ ਸਾਰੀ ਗੱਲ ਲਿਖ ਦਿੱਤੀ ਅਤੇ ਮੁੰਡੇ ਨੇ ਕਿਹਾ ਕਿ ਕੋਈ ਨਾ, ਠੀਕ ਹੋ ਜਾਏਗਾ ਸਭ ਕੁਛ, ਅਤੇ ਆਪਣੀ ਪਛਾਣ ਦੱਸੀ ਕਿ ਮੈਂ ਉਸੇ ਸਟੋਰ 'ਤੇ ਕੰਮ ਕਰਦਾ ਜਿੱਥੇ ਤੁਸੀਂ ਕੰਮ ਕਰਦੇ ਹੋ। ਮੈਨੂੰ ਤੁਸੀਂ ਬੜੇ ਪਿਆਰੇ ਜਿਹੇ ਲੱਗਦੇ ਹੋ ਅਤੇ ਤੁਹਾਡੇ ਸਾਹਮਣੇ ਆ ਕੇ ਬੁਲਾਉਣ ਦੀ ਕਦੀ ਹਿੰਮਤ ਜਿਹੀ ਨਹੀਂ ਹੋਈ। ਇੰਝ ਗੱਲਾਂ ਕਰਦੇ ਕਰਦੇ ਉਹ ਹਰ ਰੋਜ਼ ਗੱਲਾਂ ਕਰਦੇ, ਹੁਣ ਸਟੋਰ 'ਤੇ ਵੀ ਇਕੱਠੇ ਖਾਣਾ ਖਾਂਦੇ, ਦੋਸਤ ਦੋਸਤ ਕਹਿੰਦੇ, ਪਤਾ ਹੀ ਨਾ ਕਦ ਉਹ ਇੱਕ ਦੂਜੇ ਦੀ ਮੁਹੱਬਤ ਬਣ ਗਏ। ਦੋਵੇਂ ਹਾਣੋ ਹਾਣੀ ਸੀ ਅਤੇ ਸੋਚ ਮਿਲਦੀ ਸੀ।
एक दिन इंस्टा ते उसने मुंडे नाल स्टोरी च तस्वीर पा दित्ती। वो तस्वीर इंडिया रहिंदे उसके घर वाले ने देखी ते नाल दी नाल उसनू फोन कर लिया। गाली गलोच होया। कुड़ी ने सारी गल सच सच अपने घर वाले नू दसी ते कहा कि मैनू उस नाल प्यार हो गया है ते मैं किसी नू धोखे च नहीं रखना चाहती, मैनू माफ़ कर देना। तुसी चज नाल गल नहीं करते ते मैनू उस वेले किसी सहारे की लोड़ सी, इकली नहीं स्ट्रगल कर सकती सी, इसलिए वह इंसान मेरे नाल उस वक्त खड़िया जदों तुसी उलझे हुए रिश्ते नू सुलझाउण दी बजाए फोन स्विच ऑफ करके मेरे तो मूँह मोड़ लिया सी। घर वाले ने कुड़ी दी गल दा कोई जवाब दित्ते बिना गल करदे फोन बगा के मारिया। कुड़ी किन्ने दिन लगातार कॉल करती रही पर उधरों कोई जवाब ना आया। एक दिन उन्हें जिंदगी तो हारी बैठी बैठी ने परेशान होकर नब्ज़ कट ली। चंगे कर्मां नू उस दिन उस स्टोर वाला मुंडा अचानक उत्थे आ गया, हस्पताल दाखिल करवाया। पिंड गल पुज गई, गल सुन माँ प्यो का मन लूंदरिया गया ते उन्होंने उसनू सीधा कह दिता जिवें दिल करदा उवें कर लै पुत। ते उन्होंने कुड़ी दी भूआ नू ठोक के कह दिता कि साडा उन्हां नाल कोई रिश्ता नहीं, कुड़ी दी मर्जी आ, जिस नाल रहना रह लवे। मुंडा नशा भी तां करदा पर असी चुप रहे तेरे मूँह नू कि चल कल नू आपे सुधर जू। साडी धी ने बथेरा कहा सी कि मुंडा नशेई है पर वह कमली बोल के हट गई ते साडे मूँह नू फिर चुप हो गई। वह सानू उन्हां दी भरी हुई फीस दवा रही सी। असी कुड़ी डोब दित्ती। भूआ भरा दीआं गल्लां सुण के गुस्से होके चली गई। मुंडे वालिआं ने धोखाधड़ी का केस कर दिता कुड़ी ते अते कुड़ी वालिआं ते। कुड़ी इंडिया आई, पंचायत हुई, फैसला यह होया कि दोवें फिर तो इकट्ठे रहणगे। कुड़ी ने भी मन समझा लिया। 3 महीनों लई इंडिया आई कुड़ी सहुरे रहण लगी। अणमन्ने जिहे मन नाल फिर तो कुड़ी दी जिंदगी दा समझौता हो गया। ऐतवार दी सवेर पुलिस घर आई ते खबर दसी कि उन्हां दे मुंडे दी नहर ते लाश पई मिली है, मौत दा कारण चिट्टे दी ओवरडोज है। कुड़ी गुमसुम हो गई, उन्हूं समझ नहीं आ रहा सी कि किस नूं कोसा, घरदिआं नूं जां अपने आप। बेड़े च पई घर वाले दी लाश कोल बैठी वह कदी उस वल देखती ते कदे थोड़े जहे बधे आपदे पेट वल। जिंदगी दा हौका ढिड दा जी बन गया सी, वख किवें करदी। कई बार रिश्ते बचाउण लई लए फैसले साडा गल घुटन लग जांदे ने। धन्नवाद दोस्तो, कहानी किस तरह की लगी प्रतिक्रिया जरूर दिओ। सत श्री अकाल। चौहान इंटरटेनमेंट तुहाडा अपना तुहाडे लई।